मिट्टी नू रोंदा घुम गए करां दे बारनी आटे दिया कोई चिड़ियां नू आखो उड के ही आ जो इक बार नी आना जी तो पंच पेंट जाते हम अपना ओ भुलाया कदों नू रोंदा घूम गए करां दे बार नी ਉਦੋਂ ਕਿਸ ਤਰ੍ਹਾਂ ਤੁਰ ਕੇ ਇੱਥੋਂ ਤੱਕ ਕਿਵੇਂ ਪਹੁੰਚੇ ਉਹ ਕੀ ਲੈਣਾ ਕਾਕਾ ਪੁੱਛ ਕੇ ਉਹੀ ਤਾਂ ਪੁੱਛਣਾ ਉਹ ਕੀ ਪੁੱਛਣਾ ਮਦਾਣੀਆਂ ਜੇ ਵਿੱਚ ਹੀ ਪਾਈਆਂ ਸੀ ਜਨਾਨੀਆਂ ਮਦਾਣੀਆਂ ਦੇਖੇ ਲਾਈਆਂ ਦੋਵੇਂ ਪਿੰਡ ਕੱਟੋ ਦੋਵੇਂ 80 ਜਨਾਨੀਆਂ ਆਲਮਗੀਰ 'ਚ ਮਰੀਆਂ ਸਾਡੇ ਰਿਸ਼ਤੇ ਵਾਲਾ ਬਾਕੀ ਤੁਹਾਨੂੰ ਜਾਣਦੇ ਉੱਥੇ ਬਹੁਤ ਕੁਛ ਦੇਖਿਆ ਇਹ ਤਾਂ ਜਸੂਆ ਮਕੇਰੀਆਂ ਤੱਕ ਅਸੀਂ ਸਭ ਕੁਛ ਦੇਖਿਆ ਪਤਾ ਉਹ ਵਕਤ ਜਿਹੜਾ ਮੈਂ ਜਾਣਦੇ ਹੁਣ ਨਾ ਪੁੱਛੀ ਗਾਂ ਨਾ ਪੁੱਛੀ ਹੁਣ ਨਹੀਂ ਦੇ ਟੁਕੜੇ ਪਏ ਨੇ ਇਹ ਧੂੜਾਂ ਦੀ ਕਲਗੀ ਸਵੇਰ ਨੂੰ ਲਾਸ਼ਾਂ ਇਕੱਠੀਆਂ ਕੀਤੀਆਂ ਮੁਸਲਮਾਨਾਂ ਦੀਆਂ ਉਹ ਸਿੱਟੀਆਂ ਸਕੂਲ 'ਚ ਜਿਹੜੇ ਸਕੂਲ ਦੇ ਵਿੱਚ ਸਿੱਟੀਆਂ ਨਾ ਉਹ ਸਵੇਰੇ ਇੱਕ ਇੱਕ ਕਬਰ ਦੇ ਵਿੱਚ ਚਾਰ ਚਾਰ ਸਿੱਟੇ ਕਿਸੇ ਨੇ ਨਲਾਇਆ ਨਹੀਂ ਕਿਸੇ ਨੇ ਖੱਫੜ ਨਹੀਂ ਕੋਈ ਸ਼ਾਇਦ ਖਾਨਦਾਨ ਖਤਮ ਕਰ ਦਿੱਤੇ ਆ ਵੱਢ ਕੇ ਉੱਥੇ ਦੇ ਪਿੰਡ ਦੇ ਬਾਹਰ ਤੈਨੂੰ ਛੱਡਦੀ ਹੈ ਬਾਬਾ ਆਪਣੇ ਅੱਡੇ ਤੇ ਆਹੋ ਤੇ ਉਹ ਪਿੰਡ ਲੱਭ ਲੇਗਾ ਵੀ ਕਿੱਧਰ ਨੂੰ ਸਾਡੀ ਮੈਂ ਕਿਹਾ ਮੈਂ ਤਾਂ ਜਲੰਧਰੋਂ ਲੱਭ ਲਉ ਇਹ ਨਵੀਂ ਨਸਲ ਨੂੰ ਕੀ ਸੁਣਾ ਦੇਣਾ ਪਾਕਿਸਤਾਨ ਕਿਵੇਂ ਬਣਿਆ ਪਾਕਿਸਤਾਨ ਔਖਾ ਬਣਿਆ ਔਖਾ ਬਣਿਆ ਇਹ ਪਤਾ ਹੈਗਾ ਜਿਹੜੇ ਉੱਧਰੋਂ ਆਏ ਆ ਉਹਨਾਂ ਨੂੰ ਜਿਹੜੇ ਇੱਧਰੋਂ ਗਏ ਉੱਧਰ ਨੂੰ ਅਸਲਾਮ ਅਲੈਕਮ ਸਤਿ ਸ਼੍ਰੀ ਅਕਾਲ ਮੈਂ ਨਸਲ ਢਿੱਲੋਂ ਲਾਇਲਪੁਰ ਪਾਕਿਸਤਾਨ ਤੋਂ ਅਤੇ ਅਸੀਂ ਪਹੁੰਚੇ ਹਾਂ ਪਿੰਡ 80 ਜਿੰਬੇ ਜਿਹੜਾ ਪੈਂਸਰਾ ਦੇ ਕੋਲ ਡਿਸਟ੍ਰਿਕਟ ਲਾਇਲਪੁਰ ਦੇ ਵਿੱਚ ਪੈਂਦਾ ਅਤੇ ਬੈਠੇ ਹਾਂ ਬਾਬਾ ਜੀ ਕੋਲ ਗੱਲਬਾਤ ਸਾਂਝੀ ਕਰਾਂਗੇ 47 ਤੋਂ ਪਹਿਲਾਂ ਦੇ ਕਿਸ ਤਰ੍ਹਾਂ ਦੇ ਹਾਲਾਤ ਸਨ 47 ਦੇ ਵੇਲੇ ਜਦੋਂ ਵੰਡ ਦਾ ਐਲਾਨ ਹੋ ਗਿਆ ਉਦੋਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਅਤੇ 47 ਤੋਂ ਬਾਅਦ ਦਾ ਹੁਣ ਦਾ ਵਸੇਬ ਕਿਸ ਤਰ੍ਹਾਂ ਦਾ ਇਹ ਸਾਰੀ ਗੱਲਬਾਤ ਬਾਬਾ ਜੀ ਨਾਲ ਸਾਂਝੀ ਕਰਾਂਗੇ ਉਹ ਗੱਲ ਕਰਦੇ ਹਾਂ ਬਾਬਾ ਜੀ ਨਾਲ ਅਸਲਾਮ ਵਾਲੇਕੁਮ ਬਾਬਾ ਜੀ ਵਾਲੇਕੁਮ ਸਲਾਮ ਜੀ ਬਾਬਾ ਜੀ ਨਾਂ ਕੀ ਤੁਹਾਡਾ ਪਹਿਲਾਂ ਹੀ ਦੱਸਿਓ ਮੇਰਾ ਨਾਮ ਜੀ ਯਕੂਬ ਅਲੀ ਜੀ ਅਤੇ ਅੱਬਾ ਜੀ ਤੁਹਾਡੇ ਦਾ ਗੁਲਾਮ ਰਸੂਲ ਗੁਲਾਮ ਰਸੂਲ ਅਤੇ ਬਰਾਦਰੀ ਤੁਹਾਡੀ ਕਿਹੜੀ ਗੋਤ ਜੱਟ ਹੈਗੇ ਜੱਟ ਹਾਂਜੀ ਤਾਂ ਹੈ ਭਰੋਸੇ ਵੀ ਸਾਡੇ ਆ ਭਰੋਸੇ ਜੱਟ ਹਾਂ ਭਰੋਸੇ ਜੱਟ ਅੱਛਾ ਅਤੇ ਇਹ ਦੱਸੋ ਵੀ ਆਪਾਂ ਹੁਣ ਜਿੱਥੇ ਬੈਠੇ ਹਾਂ ਪਿੰਡ ਦਾ ਨਾਂ ਕੀ ਆ 80 ਚੱਕ 80 ਚੱਕ ਜ਼ਿਲ੍ਹਾ ਲਾਇਲਪੁਰ ਜ਼ਿਲ੍ਹਾ ਲਾਇਲਪੁਰ ਠੀਕ ਇਹ ਤੁਸੀਂ ਮਾੜਾ ਜਿਹਾ ਦੱਸੋ ਵੀ ਆਪ ਤੁਸੀਂ ਇੱਥੋਂ ਦੇ ਵਸਿੰਦੇ ਜਾਂ ਉੱਧਰੋਂ ਚੜ੍ਹਦੇ ਪੰਜਾਬ ਵੱਲੋਂ ਉੱਠ ਕੇ ਆਏ ਜੀ ਨਾ ਜੀ ਅਸੀਂ ਤਾਂ ਹਿੰਦੁਸਤਾਨ 'ਚੋਂ ਉੱਠ ਕੇ ਆਏ ਹਾਂ ਠੀਕ ਹੈ ਕਿਹੜਾ ਪਿੰਡ ਸੀ ਉੱਥੇ ਆਪਣਾ ਮੰਦਪੁਰ ਮੰਦਪੁਰ ਜ਼ਿਲ੍ਹਾ ਜਲੰਧਰ ਤਹਿਸੀਲ ਜਲੰਧਰ ਤਹਿਸੀਲ ਵੀ ਜਲੰਧਰ ਸੀ ਮੇਨ ਜ਼ਿਲ੍ਹੇ ਦੇ ਵਿੱਚ ਜਲੰਧਰ ਦੇ ਵਿੱਚ ਹੀ ਹਾਂਜੀ ਠੀਕ ਹੈ ਇਹ ਦੱਸੋ ਵੀ ਆਪਣਾ ਪਿੰਡ ਜਿਹੜਾ ਮੰਦਪੁਰ ਆ ਹਾਂਜੀ ਉੱਥੇ ਕਿਹੜੀ ਮੁਸਲਮਾਨਾਂ ਦੀ ਆਬਾਦੀ ਜ਼ਿਆਦਾ ਸੀ ਉੱਥੇ ਜੀ ਇੱਕ ਘਰ ਸੀਗਾ ਜਿਹਨਾਂ ਨੂੰ ਤਰਖਾਣ ਸੱਦੇ ਆ ਠੀਕ ਹੈ ਸਿੱਖਾਂ ਦਾ ਘਰ ਇੱਕੋ ਹੀ ਤਾਂ ਉਹ ਉਹਨਾਂ ਦਾ ਉੱਥੇ ਜ਼ਮੀਨ ਵੀ ਸੀ ਅਤੇ ਖੂਹ ਵੀ ਸੀ ਅੱਛਾ ਬਾਕੀ ਸਾਰੇ ਮੁਸਲਮਾਨ ਉਹ ਜਿਹੜਾ ਤਰਖਾਣਾ ਦਾ ਘਰ ਸਿੱਖਾਂ ਦਾ ਸੀ ਉਹਨਾਂ ਦਾ ਨਾਂ ਯਾਦ ਹੈ ਕੌਣ ਸੀ ਉਹ ਹੁਣ ਜੀ ਐਵੇਂ ਤੇਰੇ ਕੋਲ ਮੈਂ ਫੜਾ ਮਾਰਾਂ ਉਹ ਜਿਹੜੇ ਪਹਿਲੇ ਬੰਦੇ ਸੀ ਉਹ ਮਰ ਮੁੱਕ ਗਏ ਅਤੇ ਹੁਣ ਉਹਨਾਂ ਦਾ ਨਾਂ ਜਿਹੜਾ ਉਹ ਚੇਤੇ ਭੁੱਲ ਗਿਆ ਉਮਰ ਦੇ ਲਿਹਾਜ਼ ਉਮਰ ਤੁਹਾਡੀ ਕਿੰਨੀ ਕੁ ਹੋ ਗਈ ਹੈ ਕੋਈ ਗੱਲ ਨਹੀਂ ਚੇਤਾ ਭੁੱਲ ਗਿਆ ਫਿਰ ਕੀ ਉਮਰ ਕਿੰਨੀ ਕੁ ਹੋ ਗਈ ਆ ਉਮਰ ਤਾਂ ਹੋ ਗਈ ਆ ਸਮਝ ਲੈ ਵੀ ਤੂੰ ਲਾ ਲਾ ਹੁਣ ਬਈ ਜਿੱਦਣ ਹੁਣ ਤਾਂ ਪਾਕਿਸਤਾਨ ਬਣੇ ਨੂੰ 60 ਸਾਲ ਹੋ ਗਏ 70 ਹੋ ਗਏ 70 ਅੱਛਾ 70 ਤਾਂ ਹੁਣ ਪਾਕਿਸਤਾਨ ਬਣੇ ਨੂੰ ਹੋ ਗਿਆ ਤੁਸੀਂ ਉਦੋਂ ਕਿੱਡੇ ਸੋ ਉਦੋਂ ਤਕੜੇ ਸੀ ਅਸੀਂ ਜਵਾਨ ਸੋ ਆਹੋ ਮੇਰੇ ਤੋਂ ਵੱਡਾ ਜਿਹੜਾ ਉਹਦੀ ਹੁਣ ਗੱਲ ਦੀ ਸਮਝ ਨਹੀਂ ਆਉਂਦੀ ਉਹ ਉਦੋਂ ਹਲ ਵਾਹੁੰਦਾ ਹੁੰਦਾ ਸੀ ਮੈਂ ਮਗਰ ਰੋਟੀ ਲੈ ਕੇ ਜਾਂਦਾ ਹੁੰਦਾ ਸੀ ਮੂੰਗਫਲੀ ਉੱਧਰ ਜ਼ਿਆਦਾ ਕੇਅਰ ਹੁੰਦੀ ਸੀ
ਅੱਛਾ ਮੱਕੀ ਕੇਰ ਹੁੰਦੀ ਸੀ ਮੰਦਪੁਰ ਆਪਣੀ ਜ਼ਮੀਨ ਕਿੰਨੀ ਕੁ ਸੀ ਜ਼ਮੀਨ ਉੱਥੇ ਸਾਡੇ ਜਿਹੜੇ ਬਾਬੇ ਸੀ ਨਾ ਉਹ ਸੀ ਦੋ ਭਰਾ ਦੋ ਦੀ ਜਿਹੜੀ ਸੀ ਨਾ ਗੱਬੇ ਖੂਹ ਸੀ ਇੱਕ ਦੀ ਇੱਕ ਪਾਸੇ ਸੀ ਇੱਕ ਦੀ ਇੱਕ ਪਾਸੇ ਸੀ ਉੱਥੇ ਜ਼ਮੀਨ ਮੇਰੇ ਅੰਦਾਜ਼ੇ ਦੇ ਵਿੱਚ ਹੋਊਗੀ 18 ਕਮਾਂ ਤੇ ਬਾਕੀ ਸੀਗੀ ਦਿੱਲੀ ਉੱਪਰ ਰਿਆਸਤ ਭਰਤਪੁਰ 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 ਰਿਆਸਤ ਦਿੱਲੀਓਂ ਪਰੇ ਸੀ ਠੀਕ ਹੈ ਉੱਥੇ ਸੀ ਜ਼ਮੀਨ ਬਾਕੀ ਜ਼ਮੀਨ ਉੱਥੇ ਸੀ ਆਹੋ ਤੇ ਉੱਥੇ ਖੂਹਾਂ ਦੀ ਸੀ ਇੱਥੇ ਸਾਡੇ ਇੱਥੇ ਖੂਹਾਂ ਦੀ ਆਬਾਦੀ ਸੀ ਅੱਛਾ ਉੱਥੇ ਖੂਹਾਂ ਦੀ ਆਬਾਦੀ ਸੀ ਨਹਿਰੀ ਨਾਲ ਨਿਜ਼ਾਮ ਕੋਈ ਨਹੀਂ ਸੀ ਉਦੋਂ ਨਹਿਰੀ ਕੋਈ ਨਹੀਂ ਸੀ ਨਿਜ਼ਾਮ ਤੇ ਚੰਗੀ ਸੀ ਪੈਲੀ ਪੂਲੀ ਫਸਲ ਚੰਗੀ ਜ਼ਮੀਨ ਬਹੁਤ ਹੁੰਦੀ ਖੂਹ ਜਿਹੜੇ ਸੀ ਵਿੱਚ ਮਾਲ ਵਿੱਚ ਰਹਿੰਦਾ ਸੀ ਸਾਡਾ ਆਹ ਸਾਡਾ ਘਰ ਆ ਤੇ ਨਾਲ ਹੀ ਜ਼ਮੀਨ ਸੀ ਸਾਡੀ ਕਿਹੜਾ ਖੂਹ ਵੱਜਦਾ ਸੀ ਤੁਹਾਡੀ ਜਿਹਦੇ 'ਚ ਜ਼ਮੀਨ ਹੈ ਕਿਹੜਾ ਖੂਹ ਵੱਜਦਾ ਸੀ ਇਹ ਉੱਥੇ ਭਾਈ ਖੂਹਾਂ ਦੇ ਨਾਂ ਕਈ ਸੀ ਕੋਈ ਮੇਰੇ ਵਾਲਾ ਕੋਈ ਰੋਹੀ ਵਾਲਾ ਉਹ ਜਿੱਦਾਂ ਜਿੱਦਾਂ ਦੀ ਜ਼ਮੀਨ ਉੱਦਾਂ ਉੱਦਾਂ ਦੇ ਖੂਹ ਵੱਜਦੇ ਸੀ ਅੱਛਾ ਤੇ ਇਹ ਦੱਸੋ ਵੀ ਇੱਧਰ ਜਦੋਂ ਆ ਗਏ ਤੁਸੀਂ ਇੱਥੇ 80 'ਚ ਇੱਥੇ ਪੈਲੀ ਪੂਲੀ ਪੂਰੀ ਪੈ ਗਈ ਤੁਹਾਨੂੰ ਇੱਥੇ ਪੈਲੀ ਕਿੱਥੋਂ ਪੈ ਗਈ ਆ ਇੱਥੇ ਤਾਂ ਪਈਆਂ ਸਾਡੇ ਬਾਬੇ ਨੂੰ ਆਣ ਕੇ 16 ਪੈ ਰਹੀਆਂ ਤੇ ਜ਼ਮੀਨ ਸਾਡੀ ਪਿੱਛੇ ਜੇ ਕਦੇ ਬਾਹਰ ਮਿਲਦੀ ਤਾਂ ਮਿਲਦੇ 5-6 ਮੁਰੱਬੇ ਪੂਰੀ ਨਹੀਂ ਪਈ ਪੂਰੀ ਨਹੀਂ ਪਈ ਇੱਕ ਘਰ ਸਾਡਾ ਚਲਾ ਗਿਆ ਉੱਧਰ ਚੀਚਾ ਬਸ ਨਹੀਂ ਆਦ ਉਹਨਾਂ 'ਚੋਂ ਹੁਣ ਪੁਰਾਣੇ ਜਿਹੜੇ ਬੰਦੇ ਉਹ ਖਤਮ ਹੋ ਗਏ ਇੱਕ ਸਾਡੇ ਤਾਏ ਦਾ ਪੁੱਤ ਵਾ ਅੱਛਾ ਇਹ ਦੱਸੋ ਵੀ ਆਪਣੇ ਮਹੰਦਪੁਰ ਵਾਲੇ ਜਿਹੜੇ ਸਨ ਮੁਸਲਮਾਨ ਤੁਹਾਨੂੰ ਦੱਸਿਆ ਵੀ ਸਾਰਾ ਪਿੰਡ ਹੀ ਮੁਸਲਮਾਨਾਂ ਦਾ ਹਾਂਜੀ ਹਾਂਜੀ ਉਹ ਮਹੰਦਪੁਰ ਵਾਲੇ ਕਿੱਥੇ ਆ ਕੇ ਬੈਠੇ ਸੀ ਉੱਠ ਕੇ ਹੁਣ ਸਾਨੂੰ ਇੰਨਾ ਨਹੀਂ ਬਾਕੀ ਜਿਹਾਂ ਦਾ ਪਤਾ ਤਾਇਆ ਕਰੀਮ ਜਿਹੜਾ ਮੁੰਡਿਆਂ ਦਾ ਬਾਬਾ ਨਾ ਉਹ ਸਾਡਾ ਤਾਇਆ ਸੀ ਉਹ ਇੱਥੇ ਆ ਬੈਠੇ ਤੇ 80 'ਚ ਇੱਥੇ ਆ ਗਏ ਬਾਕੀਆਂ ਦਾ ਨਹੀਂ ਪਤਾ ਬਾਕੀ ਦੇ ਇੱਕ ਘਰ 79 'ਚ ਸੀ ਉਹਦਾ ਨਾਂ ਸੀ ਬੱਗੂ ਉਹ ਵੀ ਸਾਡਾ ਤਾਇਆ ਲੱਗਦਾ ਸੀ ਅੱਛਾ 79 ਜਿਹੜਾ ਆਪਣਾ ਆਟਾ ਪੀਂਦਾ ਆਹੋ ਠੀਕ ਹੈ ਇੱਥੇ ਫਿਰ ਉਹਦਾ ਗਾਂ ਮੁੰਡਾ ਸੀ ਅਨਬਰ ਉਹ ਵੀ ਫੌਤ ਹੋ ਗਿਆ ਅੱਛਾ ਚਲੋ ਇਹ ਦੱਸੋ ਤੁਸੀਂ ਮੈਨੂੰ ਮਹੰਦਪੁਰ ਦੇ ਆਲੇ ਦੁਆਲੇ ਦੇ ਪਿੰਡਾਂ ਦੇ ਨਾਂ ਯਾਦ ਹੈ ਕਿਹੜੇ ਕਿਹੜੇ ਸੀ ਪਿੰਡ ਵਿੱਚ ਹੈਗੇ ਆ ਯਾਦ ਦੱਸੋ ਕਿਹੜੇ ਕਿਹੜੇ ਸੀ ਸਾਡੇ ਪਿੰਡ ਦੇ ਨਾਲ ਮੋਹਰੇ ਤਾਂ ਸੀ ਚਾੜ ਕੇ ਰਾਈਆਂ ਦਾ ਪਿੰਡ ਬੱਖੀ 'ਤੇ ਸੀ ਜਮਾਲਪੁਰ ਉਹ ਸਾਡੇ ਨਾਲ ਸੀ ਗੁਆਂਢ ਉਹਦੇ ਨਾਲ ਸੀ ਸੈਂਸਰਾ ਸੈਂਸਰੇ ਦੇ ਨਾਲ ਕੋਟਲੀ ਕੋਟਲੀ ਦੇ ਨਾਲ ਪੱਕੀ 'ਤੇ ਆ ਗਿਆ ਪਚਰੰਡਾ ਪੱਕੇ ਰੋਡ 'ਤੇ ਪਚਰੰਡੇ ਦੇ ਨਾਲ ਫਿਰ ਅੱਗੇ ਇੱਧਰ ਨੂੰ ਟੱਪੋ ਸੱਦਾ ਉਹਦੇ ਨਾਲ ਇੱਧਰ ਨੂੰ ਲੱਗ ਸਿੱਖਾਂ ਦਾ ਪਿੰਡ ਡੱਲਾ ਉਹਦੇ ਨਾਲ ਲੱਗਦੀ ਡੱਲੀ ਫਿਰ ਅੱਗੇ ਆ ਜਾ ਤੂੰ ਮੋਹਰੇ ਲੁਹਾਰਾਂ ਇਹ ਹੁਣ ਵਿੱਚ ਗਾਂ ਨੂੰ ਲੁਹਾਰਾਂ ਦੇ ਅਗਲੇ ਪਾਸੇ ਸੀਗਾ ਚਲੋ ਇੰਨੇ ਹੀ ਬੜੇ ਆ ਜਿਹੜੇ ਆ ਗਏ ਸਾਨੂੰ ਯਾਦ ਦੇਣ 'ਚ ਆ ਗਏ ਆ ਵੀ ਜਿਵੇਂ ਤੁਸੀਂ ਦੱਸਿਆ ਵੀ ਆਪਣਾ ਮਹੰਦਪੁਰ ਆ ਆਸੇ ਪਾਸੇ ਦੇ ਪਿੰਡਾਂ ਨੂੰ ਜਾਣਦੇ ਜਿਵੇਂ ਹੁਣ ਅਸੀਂ 80 'ਚ ਰਹਿੰਦੇ ਇੱਥੇ ਹਾਂਜੀ ਹਾਂਜੀ ਪਤਾ ਵੀ 79 'ਚ ਕਿਹੜਾ ਵਾ ਆ ਮੁੱਲਾਪੁਰ ਕਿਹੜਾ ਆ ਇੱਧਰ ਕਿਹੜੇ ਬੈਠੇ ਉੱਥੇ ਲਾਗੇ ਲਾਗੇ ਪਿੰਡਾਂ 'ਚ ਕੋਈ ਜਿਹੜੇ ਰਹਿੰਦੇ ਸਨ ਜਾਂ ਆਪਣੇ ਪਿੰਡ 'ਤੇ ਸਰਦਾਰ ਕੋਈ ਨਹੀਂ ਸੀ ਹੈਗਾ ਲਾਗੇ ਲਾਗੇ ਜੋ ਕੋਈ ਰਹਿੰਦੇ ਕੋਈ ਸਰਪੰਚ ਕੋਈ ਸਿਰ ਕੱਢਵਾ ਕਿਸੇ ਦਾ ਨਾਂ ਯਾਦ ਹੈ ਦੇਣ 'ਚ ਨਹੀਂ ਜੀ ਹੁਣ ਇੰਨਾ ਇੰਨੀ ਹੁਣ ਦੇਰ ਬਹੁਤ ਹੋ ਗਈ ਕਿਉਂਕਿ ਉਸ ਵੇਲੇ ਤਾਂ ਅਸੀਂ ਵਿੱਚ ਦੀ ਲੰਘਦੇ ਵੀ ਸੀ ਜਾਂਦੇ ਵੀ ਸੀ ਆਉਂਦੇ ਬਹਿੰਦੇ ਵੀ ਸੀ ਉੱਠਦੇ ਵੀ ਸੀ ਅੱਛਾ ਇਹ ਦੱਸੋ ਵੀ ਵੰਡ ਤੋਂ ਪਹਿਲਾਂ 47 ਤੋਂ ਪਹਿਲਾਂ ਵੀ ਜਿਵੇਂ ਆਪਾਂ ਗੱਲ ਕੀਤੀ ਆ ਵੀ ਇੱਕ ਦੂਜੇ ਪਿੰਡਾਂ 'ਚ ਕੋਈ ਫੌਤਗੀ ਹੋ ਜਾਵੇ ਤੇ ਜਾਈ ਆਈਦਾ ਇੱਕ ਦੂਜੇ ਵੱਲ ਜਾਂਦੇ ਸੀ ਇਹ ਗੈਰ ਮਤਲਬ ਜਿਹੜੇ ਸਿੱਖ ਸੀ ਜਾਂ ਹਿੰਦੂ ਸੀ ਕਿਸੇ ਫੌਤਗੀ ਦੇ ਵਿਆਹ ਤੇ ਮੁਸਲਮਾਨਾਂ ਦੇ ਆਉਣ ਜਾਣ ਹੈਗਾ ਕੋਈ ਅਫਸੋਸ ਵਾਸਤੇ ਜਾਂ ਜਾਂਦੇ ਆਉਂਦੇ ਸੀ ਜਾਂਦੇ ਆਉਂਦੇ ਸੀ ਅੱਛਾ ਸਾਰੀ ਕੌਮ ਜਾਂਦੀ ਉਹਨਾਂ ਦੇ ਵਿੱਚ ਇੱਕ ਗੱਲ ਸੀ ਉਹ ਖਾਂਦੇ ਨਹੀਂ ਸੀ ਰੋਟੀ ਨਹੀਂ ਸੀ ਖਾਂਦੇ ਜਿਹੜੇ ਦੂਸਰੀ ਕੌਮ ਸੀ ਤੇ ਚੁੱਲ੍ਹੇ ਦੇ ਵਿੱਚ ਜਦੋਂ ਫੌਤਗੀ ਪਿੰਡ 'ਚ ਹੋ ਜਾਂਦੀ ਸੀ ਨਾ ਉਹ ਰੋਟੀ ਨਹੀਂ ਸੀ ਪਕਾਉਂਦੇ ਸਾਰੇ ਪਿੰਡ 'ਚ ਰੋਟੀ ਨਹੀਂ ਸੀ ਪੱਕਦੀ ਜਦ ਦਫ਼ਨ ਕਰ ਲਿਆ ਫਿਰ ਰੋਟੀ ਪੱਕਦੀ ਸੀ ਤੇ ਇੱਥੇ ਹੁਣ ਬੂਹੇ 'ਤੇ ਦੇਗਾ ਚੱਕਦੀ ਕੀ ਖਿਆਲ ਆ ਅੱਛਾ ਵੀ ਭਾਵੇਂ ਸਿੱਖ ਸੀ ਤੇ ਭਾਵੇਂ ਹਿੰਦੂ ਸੀ ਜੋ ਵੀ ਸੀ ਉਹ ਸਾਰਿਆਂ ਨੂੰ ਦੁੱਖ ਸੀ ਦੁੱਖ ਦਾ ਇੱਕ ਦੂਜੇ ਕੋਲ ਬਹਿੰਦੇ ਸੀ ਉਹ ਲਿਆ ਕੇ ਸਾਰੇ ਬਹਿੰਦੇ ਸੀ ਹੁਣ ਹੈ ਨਹੀਂ ਹੁਣ ਆਪਣਾ ਮਰਿਆ ਹੋਵੇ ਤਾਂ ਤਦ ਨਹੀਂ ਬਹਿੰਦੇ ਠੀਕ ਹੈ ਤੇ ਵਿਆਹਾਂ ਵਿਆਹਾਂ ਦਾ ਕੀ ਸਿਸਟਮ ਸੀ ਉਦੋਂ ਵਿਆਹਾਂ 'ਤੇ ਇੱਕ ਦੂਜੇ ਵੱਲ ਆਉਣ ਜਾਣ ਹੈਗਾ ਸੀ ਕੋਈ ਬਹੁਤ
ਜਿਹਦਾ ਕੋ ਹੈ ਸੀ ਤਲਕ ਵਾਸਤਾ ਜਾਂ ਯਾਰੀ ਦੋਸਤੀ? ਮੈਂ ਕਿਹਾ ਸਾਰੇ ਹੀ ਉਦੋਂ ਸੀਗੇ ਪੱਕਦੇ ਚੌਲ ਮਿੱਠੇ, ਸੈਨਿਕਾਂ ਸੀਗੀਆਂ ਕੱਚੀਆਂ, ਪਿਆਲੇ ਸੀਗੇ ਕੱਚੇ, ਜਿੰਨੇ ਬਰਤਨ ਲਾ ਲਾ ਸਾਰੇ ਹੀ ਕੱਚੇ, ਜਿਹੜਾ ਛੋਰਾ ਪਾਉਣ ਉਹ ਵੀ ਕੱਚਾ, ਜਿਹੜਾ ਲੱਸੀ ਪੀਣ ਉਹ ਵੀ ਕੱਚਾ, ਜੇ ਚੌਲ ਪਾਉਣੇ ਉਹ ਵੀ ਕੱਚਾ। ਅਤੇ ਹੁਣ ਤਾਂ ਭਾਈ ਤੂੰ ਫਿਕਰ ਹੀ ਨਾ ਕਰ, ਹੁਣ ਤਾਂ ਬਹੁਤ ਸੋਹਣਾ ਜਾਣੀ ਨਾ ਕਹਿੰਦੇ ਭਾਅ ਤੇਜ਼ ਹੋ ਗਿਆ, ਭਾਅ ਤੇਜ਼ ਨਹੀਂ। ਉੱਦਣ ਜਵਾਨੀ ਦੇ ਵਿੱਚ ਤੇਰੀ ਕਮੀਜ਼ ਵੀ, ਚਾਦਰ ਵੀ, ਜੁੱਤੀ ਵੀ ਇੱਕ ਚਵਾਨੀ 'ਚ ਬਣਦੀ ਸੀ। ਟਾਈਮ ਬਦਲਦਾ ਜਾਂਦਾ ਨਾ, ਟਾਈਮ ਬਦਲ ਇੱਥੇ ਆ ਕੇ ਆ ਜੰਗਲ ਸੀ ਸਾਰਾ, ਜਦੋਂ ਅਸੀਂ ਇੱਥੇ ਆਏ ਫੈਜ਼ਾਬਾਦ ਤੋਂ ਲੈ ਕੇ ਸ਼ੋਰਕੋਟ ਤੱਕ, ਸ਼ੋਰਕੋਟ ਇੱਕ ਇੰਨੀ ਕੁ ਕੁੱਲੀ ਸੀ ਛਾਪਿਆਂ ਦੀ, ਅਤੇ ਇੱਕ ਇੰਨਾ ਕੁ ਕੋਠਾ ਸੀ ਸ਼ੋਰਕੋਟ ਸਟੇਸ਼ਨ 'ਤੇ। ਉਹਦੇ ਵਿੱਚ ਇੱਕ ਚਾਹ ਦੀ ਸੀ ਅਤੇ ਇੱਕ ਇੰਨੀ ਕੁ ਰੋਟੀਆਂ ਦੀ। ਹੁਣ ਆਬਾਦੀ ਵੱਧ ਗਈ, ਉੱਥੇ ਜਾ ਕੇ ਦੇਖ ਸ਼ਹਿਰ ਪੂਰਾ ਵੱਡਾ ਸ਼ਹਿਰ ਬਣਿਆ। ਪੈਂਸਲਾ ਜਿਹੜਾ ਇੱਥੇ ਇੱਕ ਖੂਹੀ ਸੀ, ਉੱਥੇ ਇੱਕ ਪਖੀਰ ਰਹਿੰਦਾ ਬਾਬਾ, ਉਹ ਵੀ ਹੁਣ ਪੂਰਾ ਵੱਡਾ, ਆ ਵੀ ਹੁਣ ਦੇਖ ਲਾ ਪੈਸਲਾ। ਅੱਛਾ ਚਲੋ, ਇਹ ਵੀ ਆ ਹੋ ਗਈ ਗੱਲ ਤੁਸੀਂ ਦੱਸੀ ਆਪਣਾ ਵੀ ਆਉਣ ਜਾਣ, ਜਿਵੇਂ ਤੁਸੀਂ ਦੱਸਿਆ ਵੀ ਵਿਆਹਾਂ ਸ਼ਾਦੀਆਂ 'ਤੇ ਵੀ, ਅਤੇ ਦੂਜਾ ਫੌਤਗੀ 'ਤੇ ਵੀ ਦੱਸਿਆ ਸਾਰੀਆਂ ਗੱਲਾਂ। ਅਤੇ ਇਹ ਦੱਸੋ ਤੁਸੀਂ ਵੀ ਇਹ ਉਦੋਂ ਉਸ ਤੋਂ ਪਹਿਲਾਂ ਜਿਹੜਾ ਵਸੇਬ ਸੀ, ਜਿਹੜਾ ਉਦੋਂ ਵੱਸਦੇ ਸਨ ਲੋਕ, ਉਹ ਵਸੇਬ ਉਹ ਚੰਗਾ ਤੁਹਾਨੂੰ ਲੱਗਦਾ ਕਿ ਹੁਣ ਵਾਲਾ ਚੰਗਾ? ਨਹੀਂ, ਉਹ ਸਾਨੂੰ ਤਾਂ ਉਹ ਹੀ ਚੰਗਾ ਲੱਗਣਾ, ਹੁਣ ਤਾਂ ਅਸੀਂ ਦੇਖ ਕੇ ਉਹੀ ਹੈਰਾਨ। ਅੱਛਾ ਚਲੋ, ਹੁਣ ਆਪਾਂ ਦੂਜੇ ਪਾਸੇ ਆਏ ਨੇ, ਪਿੰਡ 'ਚ ਇੱਥੇ ਆਉਂਦਾ ਆਪਣਾ, ਪਿੰਡ 'ਚ ਇੱਥੇ ਆਉਂਦਾ ਆਪਣਾ, ਉਹ ਭੁੱਲਾਇਆ ਕਦੋਂ? ਤਾਂ ਜਿਹੜੇ ਵਡੇਰੇ ਸਾਡੇ ਬਾਪ 6 ਭਾਈ ਸੀ, ਬਾਪ ਸਾਡਾ ਵੱਡਾ ਸੀ ਅਤੇ ਛੋਟੇ ਸੀਗੇ 5। ਸਾਡਾ ਬਾਪ 4 ਪਹਿਲੇ ਫੌਤ ਹੋ ਗਿਆ ਅਤੇ 5ਵੀਂ ਵਾਰੀ ਸਾਡੇ ਬਾਪ ਜੀ 6ਵਾਂ ਬਾਅਦ 'ਚ ਮਰਿਆ, ਹੱਥਾਂ ਨਾਲ ਧੋਰੇ ਆ ਸਾਰੇ, ਉੱਥੇ ਸਾਰੇ ਹੋਏ ਫੌਤ, ਇੱਥੇ ਹੋਏ ਆ। ਠੀਕ ਹੈ, ਇੱਥੇ ਹੋਏ ਆ। ਅੱਛਾ, ਉਹ ਇਹ ਦੱਸੋ ਵੀ ਉੱਥੇ ਆਪਣਾ ਘਰ ਕਿੱਥੇ ਕਰਕੇ ਸੀ ਮਹਿੰਦਪੁਰ ਦੇ ਵਿੱਚ? ਸਾਡਾ ਘਰ ਬਾਰ ਬਾਰ ਸੀ ਚੜ੍ਹਦੇ ਪਾਸੇ, ਜਿੱਥੇ ਮਰਜ਼ੀ ਫਿਰਦਾ ਸੀ ਏਡਾ ਬੋਰਡ ਸੀ। ਉਸ ਬੋਰਡ ਦਾ ਜਿਹੜਾ ਥੜਾ ਜਿਹੜਾ ਨਾ ਹੱਥ ਥੜਾ, ਇਹ ਤਾਂ ਥੜਾ ਕੁਛ ਵੀ ਨੀ, ਜਿੰਨਾ ਕੁ ਉਹਦਾ ਗੇੜ ਮੋਟਾ ਸੀ ਬੋਰਡ ਦਾ, ਤਾਂ ਡਾਲੇ ਉਹਦੇ ਕਿੱਲਾ ਕਿੱਲਾ ਜਾਂਦੇ ਸੀ, ਮੀਲ ਮੀਲ ਤਾਈਂ ਖੂਹਾਂ 'ਚ ਜੜਾਂ ਸੀ ਉਹਦੀਆਂ ਗਈਆਂ, ਤੇ ਉਹ 6-7 ਮੀਲਾਂ ਤੋਂ, 8 ਮੀਲਾਂ ਤੋਂ, 10 ਮੀਲਾਂ ਤੋਂ ਦਿਸਦਾ ਬੋਰਡ ਦਿਸਦਾ, ਜਿਹੜਾ ਆਪਣੀ ਡੇਰੇ ਦੇ ਵਿੱਚ ਜਿਹੜਾ ਨਾਲ ਸਾਡੇ ਘਰਾਂ ਦੇ ਸੀ, ਘਰਾਂ ਦੇ ਨਾਲ ਬੋਰਡ ਦੀ ਤਖੀਆ ਉਹਨੂੰ ਕਹਿੰਦੇ ਸੀ, ਤਖੀਆ ਤਖੀਆ ਕਹਿੰਦੇ, ਤਖੀਏ ਦੇ ਨਾਲ ਘਰ ਸੀ ਸਾਡਾ। ਹਾਂ, ਘਰ ਕਿਵੇਂ ਦਾ ਬਣਿਆ ਸੀ? ਕੱਚੇ ਹੀ ਯਾਰ, ਸਾਰੇ ਕੱਚੇ ਸੀ, ਕੱਚੇ ਸੀ, ਇਹ ਕੱਚੇ ਤਾਂ ਪੱਕੇ ਤਾਂ ਇੱਥੇ ਆੜ ਕੇ ਵੀ ਨਹੀਂ ਅਸੀਂ ਪਾਏ, ਫੇਰ ਹੀ ਆ ਪੱਕੇ ਬਣੇ। ਹਾਂ, ਉਦੋਂ ਤਾਂ ਦੌਰ ਹੀ ਜਰਾ ਉਵੇਂ ਦਾ ਸੀ। ਅਤੇ ਇਹ ਦੱਸੋ ਵੀ ਮਸੀਤਾਂ ਕਿੰਨੀਆਂ ਸੀ ਪਿੰਡ 'ਚ? ਮਸੀਤ ਇੱਕੋ ਹੀ ਸੀ? ਇੱਕੋ। ਉਹ ਕਿੱਥੇ ਕਿਹੜੇ ਪਾਸੇ ਪੈਂਦੀ ਸੀ? ਉਹ ਸਾਡੇ ਨਾਲ ਸੀ, ਉਸੇ ਹੀ ਬੋਰਡ ਦੇ, ਉਸੇ ਬੋਰਡ ਦੇ ਨਾਲ, ਬੋਰਡ ਦੇ ਨਾਲ ਹੀ ਸੀ ਉਹ ਤਕੀਏ ਦੇ। ਠੀਕ ਹੋ ਗਿਆ। ਅਤੇ ਇਹ ਦੱਸੋ ਵੀ ਵੰਡ ਜਿਹੜੀ ਆ ਤਕਸੀਮ ਹੋ ਗਿਆ ਪੰਜਾਬ ਦੀ, ਪੰਜਾਬ ਵੰਡਿਆ ਗਿਆ, ਵੀ ਜਦੋਂ ਉੱਧਰੋਂ ਤੁਰੇ ਆ ਉਦੋਂ ਕਿਸ ਤਰ੍ਹਾਂ ਤੁਰ ਕੇ ਇੱਥੋਂ ਤੱਕ ਕਿਵੇਂ ਪਹੁੰਚੇ? ਉਹ ਕੀ ਲੈਣਾ ਕਾਕਾ ਪੁੱਛ ਕੇ, ਉਹ ਹੀ ਤਾਂ ਪੁੱਛਣਾ, ਉਹ ਕੀ ਪੁੱਛਣਾ। ਉਹ ਉਸ ਵੇਲੇ ਕਹਿੰਦੇ ਆ ਸਿਆਣੇ ਭਾਈ, ਜਿੱਧਰ ਨੂੰ ਤੇਰੇ ਘਰ ਦੇ 4 ਜੀ ਆ, ਤੇਰਾ ਇੱਕ ਵੀ ਨਹੀਂ ਇਕੱਠਾ, ਸਾਰੇ ਵੱਖਰੇ ਵੱਖਰੇ ਹੋ ਗਏ। ਮੈਂ ਕਿਹਾ ਜਿੱਧਰ ਨੂੰ ਤੇਰਾ ਰਾਹ ਲੱਗਾ ਨੱਸ ਗਿਆ, ਤੇ ਜਿੱਧਰ ਨੂੰ ਮੇਰਾ ਲੱਗਾ ਤਾਂ ਮੈਂ ਨੱਸ ਗਿਆ, ਤਾਂ ਉੱਥੇ ਦੱਸ ਕੀ ਕਰੂੰ ਬੰਦਾ? ਇਹ ਤਾਂ ਕੋਈ ਆਣ ਕੇ ਤੱਕ ਰਿਹਾ ਇੱਥੇ, ਕੋਈ 6 ਮਹੀਨੇ, ਕੋਈ ਸਾਲ ਬਾਅਦ ਇੱਥੇ ਆ ਕੇ ਹੋਏ ਆ, ਬਾਕੀ ਵਿਛੜ ਵਿਛੜ ਗਏ ਸਾਰੇ ਹੀ, ਵਿਛੜੇ ਇਕੱਲਾ ਇਕੱਲਾ ਹੋਇਆ ਸੀ। ਅੱਛਾ, ਇਹ ਦੱਸੋ ਤੁਸੀਂ ਮੈਨੂੰ, ਇਹ ਉਦੋਂ ਵੰਡ ਤੋਂ ਪਹਿਲਾਂ, ਤਕਸੀਮ ਤੋਂ ਪਹਿਲਾਂ ਤਾਂ ਤੁਸੀਂ ਦੱਸਿਆ ਵੀ ਪਿੰਡ, ਇੱਕ ਪਿੰਡ 'ਚ ਜਿੱਥੇ ਸਰਦਾਰ ਸੀ ਜਾਂ ਹਿੰਦੂ ਸੀ, ਜੇ ਫੌਤਗੀ ਹੋ ਜਾਣੀ ਤੇ ਕਿਸੇ ਰੋਟੀ ਚੁੱਲ੍ਹਾ ਨਾ ਬਾਲਣਾ ਆਪਣਾ, ਅਫਸੋਸ ਦਾ ਕਰਕੇ ਨਹੀਂ ਸੀ ਘਰ ਪਕਾਉਂਦੇ। ਤੇ ਇਹ ਇੱਕੋ ਵਾਰੀ ਕੀ ਬਣ ਗਿਆ ਵੀ ਇੱਕ ਦੂਜੇ ਦੇ ਜਾਣ ਦੇ ਦੁਸ਼ਮਣ ਬਣ ਗਏ? ਕੀ ਰੌਲਾ ਬਣਿਆ ਇੱਥੇ? ਇਸੇ ਦੁਨੀਆਂ ਦੇ ਮਾਲ ਦਾ ਰੌਲਾ ਬਣ ਗਿਆ, ਇਸੇ ਦੁਨੀਆਂ ਦਾ ਮਾਲ ਚਾਹੀਦਾ,
ਪੈਸੇ ਦਾ ਕਰਕੇ ਹਾਂ ਬੰਦਾ ਨਹੀਂ ਲਾਲਚ ਚਾਹੀਦਾ ਇਹਨਾਂ ਨੂੰ ਲਾਲਚ ਆ ਗਿਆ ਵੀ ਮੈਂ ਉਹਦਾ ਵੀ ਖੋਲਾਂ ਤੇ ਉਹਦਾ ਵੀ ਖੋਲਾਂ ਹਾਂ ਇਹ ਨਹੀਂ ਆ ਤੇ ਬਾਕੀ ਲੜਾਈ ਲੜੂਈ ਤਾਂ ਕੋਈ ਨਹੀਂ ਸੀ ਹੈਗੀ ਲੜਾਈ ਉੱਥੇ ਫਿਰ ਜਾਣੀ ਉਹਨਾਂ ਨੇ ਤਾਂ ਬਈ ਘਰ ਸੇਲਾ ਦਿੱਤਾ ਸੀ ਉੱਥੇ ਤਾਂ ਮਾਵਾਂ ਨੇ ਪੁੱਤ ਨਹੀਂ ਸਾਂਭੇ ਮਾਂ ਪਹਿਲੇ ਬੱਚੇ ਦੇ ਅੱਗੇ ਫਸਲ 'ਚ ਬੜੀ ਗਈ ਆ ਉਹਨੇ ਮੂੰਹ ਅੱਗੇ ਹੱਥ ਦਿੱਤੇ ਬੱਚਾ ਰੋਇਆ ਜੇ ਤਾਂ ਬੱਚਾ ਚੁੱਪ ਕਰ ਗਿਆ ਮੂੰਹ ਬੰਦ ਕੀਤਿਆਂ ਨਹੀਂ ਸਿਰਚਿਆ ਤਾਂ ਗਾਂ ਗਈ ਇਸ ਤਰ੍ਹਾਂ ਦੇ ਮਾੜੇ ਹਾਲਾਤ ਇੱਦਾਂ ਦੇ ਹਾਲਾਤ ਹੋਏ ਉੱਥੇ ਬੜਾਂਗਾ ਚੰਗਾ ਹੋਇਆ ਕਿਵੇਂ ਤੁਸੀਂ ਦੱਸੋ ਨਾ ਥੋੜ੍ਹਾ ਜਿਹਾ ਕੀ ਤੁਸੀਂ ਵੇਖਿਆ ਕਿਵੇਂ ਕਿਵੇਂ ਜਿਹੜੀਆਂ ਅੱਖਾਂ ਨਾਲ ਦੇਖੀਆਂ ਨਾ ਉਹ ਮੇਰੇ ਤੋਂ ਦੇਖ ਲਾ ਉਹ ਗਰੋਵਾ ਚੱਕ ਸੀਗਾ ਹੁਸ਼ਿਆਰਪੁਰ 'ਚ ਮੇਰੀ ਸੀ ਉੱਥੇ ਫੁੱਫੀ ਮੈਂ ਗਿਆ ਸੀ ਫੁੱਫੀ ਦੇ ਉੱਥੇ ਜਿਹੜਾ ਜਥਾ ਪਿਆ ਨਾ ਉੱਥੇ ਸਿੱਖਾਂ ਦੇ ਪਏ ਆ 19 ਪਿੰਡ ਇਕੱਠੇ ਹੋ ਗਏ ਉਹਨਾਂ ਪਾਇਆ ਘੇਰਾ ਉਹ ਚੱਕ ਪਏ ਉੱਥੇ ਤਾਂ ਜਿਹੜੇ ਪਿੰਡ ਦਿਆਂ ਨੇ ਲੜਾਈ ਕਰਨੀ ਸੀ ਜਿਹੜੇ ਬੰਦੇ ਮੂਹਰੇ ਆਉਂਦੇ ਆ ਉਹ ਜਿਹੜੇ ਲੜਾਈ ਕਰਨ ਗਏ ਤਾਂ ਉਹ ਇੱਦਾਂ ਦੁਨੀਆ ਪਾੜਦੀ ਗਈ ਇੱਦਾਂ ਹੀ ਪਾੜਦੀ ਗਈ ਤਾਂ ਉਹ ਦੇਖਦੇ ਆ ਲੜਾਈ ਉੱਥੇ ਕੀ ਕਰਨੀ ਸੀ ਉਹ ਕਹਿਣ ਲੱਗੇ ਹੋਏ ਤਾਂ ਪਿੰਡ 'ਤੇ ਲੱਗਾ ਘੇਰਾ ਪੈਣ ਬੰਦੇ ਜਿਹੜੇ ਇੱਥੇ ਮਰ ਜਾਣੇ ਆ ਜਨਾਨੀਆਂ ਬੱਚੇ ਪਿੰਡ ਮਰ ਜਾਣੇ ਆ ਉੱਥੋਂ ਫਿਰ ਦੱਸਿਆ ਪਿਛਾਂ ਨੂੰ ਇੰਨਾ ਮੈਂ ਖਾਣਾ ਵੇਖਿਆ ਜਿਸ ਵੇਲੇ ਉਹ ਪਿੰਡ ਜਾ ਵੜੇ ਸਿੱਖਾਂ ਨੇ ਆਲੇ ਦੁਆਲੇ ਘੇਰਾ ਪਾ ਲਿਆ ਘੇਰਾ ਵੀ ਇਹਨਾਂ ਨਾਲ ਸੀ ਵੀ ਮੁਰੱਬਾ ਮੁਰੱਬਾ ਦੁਨੀਆ ਇੱਦਾਂ ਫਿਰਦੀ ਸੀ ਸਿੱਖ ਪਿੰਡ ਦੇ ਉੱਥੇ ਤਾਂ ਬੜਾਂਗਾ ਬਹੁਤ ਹੋਇਆ ਮੁਰੇ ਆ ਗਏ ਰਾਤ ਰਾਤ ਜਿਸ ਵੇਲੇ ਆਈ ਆ ਤਾਂ ਉੱਧਰੋਂ ਕੌਜੇ ਲੱਗ ਗਏ ਸੀ ਸਾਡੇ ਜੱਟਾਂ ਦਾ ਪਿੰਡ ਮੰਨਿਆ ਬੰਨਿਆ ਉਹ ਕੌਜਿਆਂ ਦੇ ਮੁੰਡੇ ਆਏ ਆ 10 ਉਹ ਜਿਹੜੇ 10 ਮੁੰਡੇ ਆਏ ਨਾ ਉਹਨਾਂ 10 ਮੁੰਡਿਆਂ ਨੇ ਆਖਿਆ ਉਹ ਆਣ ਕੇ ਪੈ ਸੂਸਾਂ ਸੀ ਲੱਗ ਗਏ ਸਿੱਖਾਂ ਦੀਆਂ ਅਗਰੋਏ ਦੇ ਲੱਗ ਗਏ ਉਹ ਸਾਰੀਆਂ ਸਿੱਖਾਂ ਦੀਆਂ ਸੀ ਸੂਸਾਂ ਉਹ ਸੂਸਾਂ ਦੇ ਵਿੱਚ ਆਣ ਕੇ ਉਹਨਾਂ ਨੇ ਦੇਖਿਆ ਤਾਂ ਜਨਾਨੀਆਂ ਨੇ ਠਾਠੇ ਮਾਰੇ ਹੋਏ ਪੱਗੜ ਬੰਧੇ ਹੋਏ ਕਿਰਪਾਨਾਂ ਕੋਲ ਉੱਥੇ ਉਹਨਾਂ ਨੇ ਇੱਕ ਡੇਰੇ ਦੇ ਉੱਤੇ ਪੇ ਪੁੱਤ ਕਤਲ ਕੀਤੇ ਆ ਉਹ ਜਿਸ ਵੇਲੇ ਇਹਨਾਂ ਦੀ ਅਵਾਈ ਹੋ ਗਈ ਨਾ ਜਿਹੜੇ 2 ਕਤਲ ਕੀਤੇ ਉਹ ਜਨਾਨੀਆਂ ਨੂੰ ਮਾਰਿਆ ਟੁੱਕਿਆ ਅੱਗੇ ਹੋ ਗਿਆ ਉਹ ਤਦ ਗੁਰੂਆ ਬਚ ਗਿਆ ਸੀ ਉਹਨਾਂ ਮੁੰਡਿਆਂ ਦੇ ਜਾਣ ਨਾ ਉਹਨਾਂ ਕਿਹਾ ਕਿ ਕੌਜੇ ਚੜ੍ਹ ਕੇ ਆ ਗਏ ਉਹ ਲੱਗੀ ਨਾ ਨਗਾਰਿਆਂ ਦੀ ਚੋਟ ਤਦ ਬਚਾ ਹੋਇਆ ਸੀ ਉੱਥੇ ਰਾਤ ਫਿਰ ਕੋਈ ਨਹੀਂ ਕੁਛ ਕਿਹਾ ਪਿੰਡ ਤੋਂ ਹਟ ਗਿਆ ਪਿੱਛੇ ਸਿੱਖ ਰਾਤ ਤਾਂ ਜਿਸ ਵੇਲੇ ਰਾਤ ਲੰਘ ਗਈ ਸਵੇਰ ਨੂੰ ਲਾਸ਼ਾਂ ਇਕੱਠੀਆਂ ਕੀਤੀਆਂ ਮੁਸਲਮਾਨਾਂ ਦੀਆਂ ਉਹ ਸਿੱਟੀਆਂ ਸਕੂਲ 'ਚ ਜਿਹੜੇ ਸਕੂਲ ਦੇ ਵਿੱਚ ਸਿੱਟੀਆਂ ਨਾ ਉਸ ਵੇਲੇ ਇੱਕ ਇੱਕ ਕਬਰ ਦੇ ਵਿੱਚ 4 ਸਿੱਟੇ ਕਿਸੇ ਨੇ ਨਲਾਇਆ ਨਹੀਂ ਕਿਸੇ ਨੇ ਖੱਫੜ ਨਹੀਂ ਕੋਈ ਸ਼ਾਇਦ ਉੱਥੋਂ ਮੇਰੀ ਫੁੱਫੀ ਲੈ ਕੇ ਆਈ ਆ ਆਲਮਗੀਰ ਆਲਮਗੀਰ ਜਿਹ ਲੈ ਕੇ ਆਈ ਆ ਦਰਾਵਾਂ ਨਾਲ ਸੀ ਦਰਾਵਾਂ ਦੇ ਤਾਂ ਇਹ ਜਾਣੀ ਨਾ ਦੋਹਾਂ ਚੱਕਾਂ 'ਚ ਇੱਥੇ ਤਾਂ ਫਿਰ ਜਿਹੜੇ ਪਹਿਰੇ ਦਿੱਤੇ ਬੰਦੇ ਸੀ ਉਹ ਪਹਿਰੇ ਵਾਲੇ ਹਟ ਗਏ ਕਹਿਣ ਲੱਗੇ ਹੁਣ ਦਿਨ ਦਾ ਚੜਾਅ ਹੋ ਗਿਆ ਉਹ ਜਿਸ ਵੇਲੇ ਆਲਮਗੀਰ ਤਾਂ ਦਰਾਵਾਂ ਜਿਹੜੀਆਂ ਉਹ ਮੁੰਡੇ ਆਣ ਕੇ ਲੰਮੇ ਪੈ ਗਏ ਉੱਧਰ ਇਹਨਾਂ ਦੋਹਾਂ ਪਿੰਡਾਂ 'ਤੇ ਘੇਰਾ ਪੈ ਗਿਆ ਸਿੱਖਾਂ ਦਾ ਉਹ ਜਿਹੜੇ ਸਿੱਖਾਂ ਦਾ ਘੇਰਾ ਪਿਆ ਨਾ ਉਹ ਮਦਾਣੀਆਂ ਜੇ ਵਿੱਚ ਹੀ ਪਾਈਆਂ ਸੀ ਜਨਾਨੀਆਂ ਮਦਾਣੀਆਂ ਵਿੱਚ ਹੀ ਰਹਿ ਗਈਆਂ ਦੋਵੇਂ ਪਿੰਡ ਇਕੱਠੇ ਦੱਸੇ ਦੋਵੇਂ 80 ਜਨਾਨੀਆਂ ਮੀ ਉੱਥੇ ਆਪਣੇ ਆਲਮਗੀਰ 'ਚ ਮਰੀਆਂ ਸਾਡੇ ਰਿਸ਼ਤੇਦਾਰਾਂ ਦੇ 80 ਇੱਕੋ ਹੀ ਮਕਾਨ 'ਚ ਬਾਕੀ 'ਚ ਹੁਣ ਜਾਣਦੇ ਉੱਥੇ ਬਹੁਤ ਕੁਛ ਦੇਖਿਆ ਇਹ ਤਾਂ ਦਸੂਆ ਮਕੇਰੀਆਂ ਤੱਕ ਅਸੀਂ ਸਭ ਕੁਛ ਦੇਖਿਆ ਪਰ ਉਹ ਵਕਤ ਜਿਹੜਾ ਨਾ ਜਾਣਦੇ ਹੁਣ ਨਾ ਪੁੱਛੀ ਗਾਂ ਨਾ ਪੁੱਛੀ ਹੁਣ ਨਹੀਂ ਨਹੀਂ ਤੇ ਇਹ ਦੱਸੋ ਤੁਸੀਂ ਪੁੱਛਣ ਵਾਸਤੇ ਤੇ ਅਸੀਂ ਆਏ ਐਡੀ ਨਹੀਂ ਨਹੀਂ ਐਡੀ ਤੂੰ ਠੀਕ ਹੈ ਮੈਂ ਦੱਸ ਇਹ ਦੱਸੋ ਤੁਸੀਂ ਵੀ ਉਹਨਾਂ ਦੇ ਮਾਰਿਆ ਇੰਨਾ ਕੁਛ ਕੀਤਾ ਤੇ ਤੁਸੀਂ ਮੁਸਲਮਾਨਾਂ ਨੇ ਕੁਛ ਨਾ ਕੀਤਾ ਬਥੇਰਾ ਕਰਦੇ ਸੀ ਉਹਨਾਂ ਕੋਲ ਕੀ ਸੀਗੇ ਗੱਡਿਆਂ ਦੇ ਜਾਤੂ ਉਹਨਾਂ ਦੀ ਹਕੂਮਤ ਸੀ ਜਿੱਦਾਂ ਹੁਣ ਤੇਰੇ ਲੱਗ ਗਿਆ ਬਾਦਸ਼ਾਹ ਜਿਹੜਾ ਆਉਂਦਾ ਰਿਹਾ ਉਹ ਪੈ ਨਹੀਂ ਜਾਂਦਾ ਰਿਹਾ ਆਪਣਾ ਹੀ ਬਣਾਉਂਦਾ ਗਿਆ ਪਾਕਿਸਤਾਨ ਦਾ ਸੋਚਿਆ ਹੀ ਕਿਸੇ ਨੇ
ਆਪਣੇ ਜਿਹੜੇ ਇਧਰ ਦੇ ਆ ਉਹ ਜਾਨੀ ਆਪਣੇ ਆਪ ਹੀ ਇਹਨਾਂ ਨੇ ਆਪਣਾ ਆਪ ਹੀ ਬਣਾਇਆ ਜਿਹੜਾ ਬਾਦਸ਼ਾਹ ਬਣਾ ਦਿੱਤਾ ਆਪਣੇ ਤਾਂ ਹਕੂਮਤ ਆਈ ਨੀ ਪੰਜਾਬੀਆਂ ਦੀ ਤੇ ਸਾਰੇ ਅਸੀਂ ਤੁੱਤੇ ਪੁੱਤ ਲਿਆ ਕੇ ਦੂਜੇ ਬਿਠਾਏ ਆ ਪਠਾਨ ਕਿੱਥੇ ਕਿੱਥੇ ਬੱਟ ਸਾਰੇ ਹੀ ਬੈਠ ਕਹਿੰਦਾ ਪੀਵੇ ਖੂਨ ਗਰੀਬ ਦਾ ਜੋਕ ਵਾਂਗਰ ਮੂੰਹੋਂ ਚੁੱਪ ਤੇ ਲਬਾਂ ਸੀਤੀਆਂ ਨੇ ਬਦਲੇ ਲੈਣਗੇ ਹਸ਼ਰ ਨੂੰ ਸੋ ਬੰਦੇ ਜਿਹਨਾਂ ਜੱਗ ਵਿੱਚ ਸਖਤੀਆਂ ਬੀਤੀਆਂ ਨੇ ਉਹਨਾਂ ਬਦਲੇ ਲੈਣੇ ਜਿਹਨਾਂ ਜੱਗੇ ਸਖਤੀਆਂ ਬੀਤੀ ਤੇ ਹਰ ਸਖਤੀਆਂ ਦੀਆਂ ਗੱਲਾਂ ਹਰ ਕੋਈ ਕਰੀ ਫਿਰਦਾ ਅਸੀਂ ਵੀ ਬਾਈ ਕਿਸੇ ਨੂੰ ਕਹਿੰਦੇ ਕੁਛ ਵੀ ਜੋ ਕੁਛ ਹੋ ਰਿਹਾ ਠੀਕ ਆ ਅੱਛਾ ਚਲੋ ਇਹ ਵੀ ਸਾਰੀਆਂ ਗੱਲਾਂ ਹੋ ਗਈਆਂ ਸਾਰਾ ਕੁਛ ਤੁਸੀਂ ਦੱਸਿਆ ਵੱਡ ਵਡਾਂਗਾ ਵੀ ਹੋਇਆ ਸਾਰਾ ਕੁਛ ਹੀ ਹੋਇਆ ਸਾਰਾ ਕੁਛ ਹੀ ਦੇਖਿਆ ਸਾਰਾ ਕੁਛ ਹੀ ਦੇਖਿਆ ਚਲੋ ਹੁਣ ਫੇਰ ਮੁੜ ਕੇ ਆਪਾਂ ਜਾਈਏ ਆਪਣੇ ਪਿੰਡ ਮਹੰਦਪੁਰ ਉਹ ਮਹੰਦਪੁਰ ਜਿਹੜਾ ਵਾ ਪਿੰਡ ਉਹ ਚੰਗਾ ਲੱਗਦਾ ਕਿ ਅਸੀਂ ਚੰਗਾ ਲੱਗਦਾ ਉਹ ਚੰਗੇ ਨੂੰ ਤਾਂ ਹੁਣ ਸਾਨੂੰ ਇਹੋ ਹੀ ਚੰਗਾ ਲੱਗਦਾ ਜਿੱਥੇ ਬੈਠੇ ਹੋਏ ਆ ਨਹੀਂ ਉਹ ਪਿੰਡ ਚੇਤੇ ਆਉਂਦਾ ਆਪਣਾ ਉਹ ਤਾਂ ਪਿੰਡ ਤਾਂ ਚੇਤੇ ਆਉਣ ਤੈਨੂੰ ਭੁੱਲਦਾ ਜਿੱਥੇ ਤੂੰ ਜੰਮਿਆ ਹੋਵੇਂ ਪਲਿਆ ਹੋਵੇਂ ਤੈਨੂੰ ਭੁੱਲ ਜਾਊ ਨਹੀਂ ਭੁੱਲਦਾ ਤਾਂ ਫੇਰ ਤੇ ਜੇ ਹੁਣ ਲੈ ਜਾਈਏ ਪਿੰਡ ਦੇ ਨੂੰ ਤੇਰੇ ਲਿਜਾਣ ਨੂੰ ਵੀ ਲਿਜਾਣ ਲੈਗਾ ਆਪਣਾ ਘਰ ਕਿੱਥੇ ਸੀ ਡੇਰਾ ਕਿੱਥੇ ਸੀ ਜਗ੍ਹਾ ਦਾ ਸਾਰੀ ਦਾ ਪਤਾ ਦਿਲ ਕਰਦਾ ਜਾਣ ਨੂੰ ਨਾ ਤਾਂ ਮੈਂ ਹੁਣ ਜਾਣਾ ਕਿਹਦੇ ਸਿਰ ਤੇ ਆ ਮੈਂ ਇੱਕ ਮਿਸਾਲ ਦੇਣਾ ਤੂੰ ਲੈ ਜਾਣਾ ਤਾਂ ਲੈ ਚੱਲ ਤੈਨੂੰ ਦੱਸ ਦਊ ਨਹੀਂ ਉਹ ਵੀਡੀਓ ਤੇ ਪਹੁੰਚ ਜਾਣੀ ਹੈ ਤੁਹਾਡੇ ਪਿੰਡ ਵੀਡੀਓ ਦੀ ਕੀ ਬਸ ਜਿੱਥੇ ਕਹੇਗਾ ਉੱਥੇ ਚੱਲ ਚਲੂ ਅੱਛਾ ਦਿਲ ਕਰਦਾ ਵੇਖਣ ਨੂੰ ਪਿੰਡ ਦੇ ਬਾਹਰ ਤੈਨੂੰ ਛੱਡ ਦਈਏ ਬਾਬਾ ਆਪਣੇ ਅੱਡੇ ਤੇ ਆਹੋ ਤੇ ਉਹ ਲੱਭ ਲੇਗਾ ਵੀ ਕਿੱਧਰ ਨੂੰ ਸਾਡੀ ਮੈਂ ਕਿਹਾ ਮੈਂ ਤਾਂ ਜਲੰਧਰੋਂ ਲੱਭ ਲਊ ਅੱਛਾ ਜਲੰਧਰੋਂ ਪਿੰਡ ਪਹੁੰਚ ਜਾਏਗਾ ਜਲੰਧਰੋਂ ਲੱਭ ਲਊ ਵੇਖ ਲਈ ਵੀ ਬਦਲਿਆ ਬੜਾ ਹੀ ਹੁਣ ਸ਼ਹਿਰ ਬਣ ਗਿਆ ਬਦਲ ਤਾਂ ਗਿਆ ਪਰ ਜਲੰਧਰੋਂ ਸੜਕ ਤਾਂ ਜਾਂਦੀ ਆ ਨਾ ਦਸੂਏ ਮਕੇਰੀਆਂ ਨੂੰ ਹਾਂ ਉਹ ਸੜਕ ਤਾਂ ਨਹੀਂ ਭੁੱਲੀ ਹੋਈ ਲੱਭ ਲਓਗੇ ਦਾ ਮਤਲਬ ਹੈ ਲੱਭ ਲਊ ਮੈਂ ਠੀਕ ਹੈ ਅਜੇ ਨਹੀਂ ਛੱਡਦਾ ਚਾਚੇ ਸੀ ਬਾਪ ਸੀ ਉਹ ਹੀ ਨੀ ਭੁੱਲਣੇ ਸਾਨੂੰ ਉੱਥੇ ਜਿਹੜੇ ਰੰਗ ਬਹਾਰ ਚ ਵਸਦੇ ਸੀ ਉਹੀ ਨੀ ਭੁੱਲਣੇ ਉਹੀ ਨੀ ਭੁੱਲਦੇ ਤਾਂ ਅਸੀਂ ਕਿਸੇ ਨੂੰ ਕੀ ਦੱਸਣਾ ਪੁੱਛਣਾ ਅੱਛਾ ਹੁਣ ਜਿਹੜੀ ਆਪਣੀ ਨਵੀਂ ਪੀੜ੍ਹੀ ਅੱਗੋਂ ਅਸੀਂ ਹੋ ਗਏ ਹੁਣ ਤਿੰਨ ਨਸਲਾਂ ਤੇ ਸਾਡੀਆਂ ਜਿਹੜੀਆਂ ਤੀਜੀ ਪੀੜ੍ਹੀ ਤੇ ਹੋ ਗਈ ਆ ਜਿਹੜੀ ਉਹ ਦੁਸ਼ਮਣੀ ਜਿਹੜੀ 47 ਵਾਲੀ ਦੁਸ਼ਮਣੀ ਆ ਭੋਗਣ ਡਈ ਆ ਇਹ ਨਵੀਂ ਨਸਲ ਨੂੰ ਕੀ ਸੁਣਾ ਦੇਣਾ ਪਾਕਿਸਤਾਨ ਕਿਵੇਂ ਬਣਿਆ ਪਾਕਿਸਤਾਨ ਔਖਾ ਬਣਿਆ ਇਹ ਪਤਾ ਹੈਗਾ ਜਿਹੜੇ ਉੱਧਰੋਂ ਆਏ ਆ ਉਹਨਾਂ ਨੂੰ ਜਿਹੜੇ ਇੱਧਰੋਂ ਗਏ ਉੱਧਰ ਨੂੰ ਬਾਕੀ ਤਾਂ ਜਿਹੜੇ ਇੱਥੇ ਬੈਠੇ ਸੀ ਉੱਥੇ ਬੈਠੇ ਉਹਨਾਂ ਨੂੰ ਪਹਿਲਾਂ ਪਤਾ ਇਹ ਤਾਂ ਉਹਨਾਂ ਨੂੰ ਪਤਾ ਜਿੰਨਾ ਮੁਸ਼ਕਲਾਂ ਵੇਖੀਆਂ ਜਿਹਨਾਂ ਨੇ ਔਖੀ ਵੇਲੇ ਦੇਖੇ ਆ ਜਿਹਨਾਂ ਦੇ ਘਰਾਂ ਦੇ ਘਰ ਵੇਲੇ ਹੋ ਗਏ ਆ ਤੈਨੂੰ ਮੈਂ ਸੁੱਧੀ ਦੱਸਾਂ ਖਾਨਦਾਨ ਖਤਮ ਕਰ ਦਿੱਤੇ ਆ ਵੱਢ ਕੇ ਉੱਥੇ ਜਿਹੜੇ ਕਾਬੂ ਆ ਗਿਆ ਸਾਰਾ ਹੀ ਖਾਨਦਾਨ ਗਿਆ ਜਿਹੜਾ ਕੋਈ ਨਿਕਲ ਕੇ ਬਚ ਗਿਆ ਉਹ ਬਚ ਗਿਆ ਅੱਛਾ ਵੈਸੇ ਆਪਾਂ ਗੱਲਾਂ ਕਰਦੇ ਹੋ ਅਸੀਂ ਪ੍ਰੋਗਰਾਮ ਕਰਦੇ ਹਾਂ ਅਤੇ ਜਿਹੜਾ ਜਿਸ ਤਰ੍ਹਾਂ ਸਾਡਾ ਜਿਵੇਂ ਪਹਿਲਾਂ ਵਸਦੇ ਸੋ ਉੱਥੇ ਪਤਾ ਹੁੰਦਾ ਵਾ ਵੀ ਇੱਕ ਦੂਜਿਆਂ ਦਾ ਜਿਵੇਂ ਬਰਾਦਰੀਆਂ ਦਾ ਹੁਣ ਅਸੀਂ ਮੁਸਲਮਾਨ ਇੱਥੇ ਨਵਿਆਂ ਤਾਂ ਨਹੀਂ ਪਤਾ ਜਿਹੜੇ ਬਾਬੇ ਉਹਨਾਂ ਨੂੰ ਪਤਾ ਇਸਲਾਮ ਜਿਹੜਾ ਦੀਨ ਇਸਲਾਮ ਹੈ ਸਾਡਾ ਦੀਨ ਇਸਲਾਮ ਦੇ ਨਹੀਂ ਦੱਸਦਾ ਵੀ ਇੱਕ ਦੂਜੇ ਨੇ ਇਸ ਤਰ੍ਹਾਂ ਧਰਮਾਂ ਨੂੰ ਜਾਂ ਦੂਜੇ ਮਜ਼ਹਬਾਂ ਨੂੰ ਮਾਰਨ ਦਾ ਜਾਂ ਵੱਢਣ ਦਾ ਇਸੇ ਤਰ੍ਹਾਂ ਹੀ ਉਹ ਸਿੱਖ ਮਜ਼ਹਬ ਜਾਂ ਹਿੰਦੂ ਮਜ਼ਹਬ 'ਚ ਵੀ ਐਵੇਂ ਹੋਣਾ ਵੀ ਦੂਜੇ ਧਰਮਾਂ ਨੂੰ ਨਹੀਂ ਮਾਰ ਮੈਂ ਕਿਹਾ ਤੂੰ ਹੁਣ ਇੱਥੇ ਵੀ ਜਾਣ ਦੇਣਾ ਮੁਸਲਮਾਨਾਂ ਨੂੰ ਵੀ ਕੀ ਲੈਣਾ ਇਹਦੇ 'ਚੋਂ ਪੁੱਛ ਕੇ ਜਾਣਦੇ ਜ਼ਬਾਨੀ ਕਲਮਾ ਹਰ ਕੋਈ ਪੜ੍ਹਦਾ ਦਿਲ ਦਾ ਪੜ੍ਹਦਾ ਕੋਈ ਲਓ ਜੀ ਬਾਬਾ ਜੀ ਨਾਲ ਗੱਲਾਂ ਕੀਤੀਆਂ ਬਾਬਾ ਜੀ ਨੇ ਬਹੁਤ ਮਜ਼ੇਦਾਰ ਬਾਬਾ ਜੀ ਨਾਲ ਗੱਲਾਂ ਬਾਤਾਂ ਆਪਾਂ ਕੀਤੀਆਂ ਸਮੀ 47 ਦੀ ਵੰਡ ਦੇ ਹਵਾਲੇ ਦੇ ਨਾਲ ਉਹ ਕਿਸ ਤਰ੍ਹਾਂ ਦੇ ਹਾਲਾਤ ਸਨ ਉਹ ਕਿਵੇਂ ਦੇ ਹਾਲਾਤ ਬਣੇ ਅਤੇ ਇਹ ਇਸੇ ਹੀ ਕੋਸ਼ਿਸ਼ ਸੀ ਇਸੇ ਹੀ ਉਮੀਦ 'ਚ ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਦੁਬਾਰਾ ਨਾ ਬਣਨ ਅਤੇ ਇਸ ਤਰ੍ਹਾਂ ਦੇ ਬਜ਼ੁਰਗਾਂ ਦੇ ਨਾਲ ਗੱਲਬਾਤ ਸਾਂਝੀ ਕਰਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਤੁਹਾਡੇ ਰੂਬਰੂ ਕਰਦੇ ਰਹਾਂਗੇ ਅਗਲੇ ਪ੍ਰੋਗਰਾਮ ਤੱਕ ਲਈ ਪੰਜਾਬੀ ਦਾ ਸਾਰੀ ਟੀਮ ਨੂੰ ਇਜਾਜ਼ਤ ਦਿਓ ਮਿਲਦੇ ਹਾਂ ਫਿਰ ਰੱਬ ਰੱਖ ਅੱਲਾ ਖੈਰ ਕਰੇ ਅੱਲਾ ਤੁਹਾਡੀ ਬਹਿਯਾਤੀ ਕਰੇ ਬਹੁਤ ਹੀ ਬਹੁਤ ਹੀ